द कनाडा एक्सप्रेस देख रहे समूह दर्शकों का हरप्रीत सिंह दर्दी वालों निघा स्वागत है। लैके हाजिर हुए हाँ अज दिया नवीं अपडेट्स कनेडियन इमीग्रेशन बारे। मेरे नाल हन सरदार संदीप सिंह जी ब्रैम्पटन इमीग्रेशन कंसल्टेंसी तो। निघा स्वागत है जी। वाहिगुरू जी का खालसा वाहिगुरू जी की फतेह जी। फतेह जी की नवीं अपडेट्स ने सरदार संदीप सिंह जी अज दिया? ਸੋ ਕੈਨੇਡਾ ਦੀ ਸਰਕਾਰ ਦਾ ਜੋ ਟਾਰਗੇਟ ਆ 1.2 ਮਿਲੀਅਨ ਲੋਕਾਂ ਨੂੰ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਦੇਣ ਦਾ, ਉਸ ਰਸਤੇ ਵੱਲ ਚੱਲਦੇ ਹੋਏ ਅੱਜ ਦੁਬਾਰਾ ਤੋਂ ਐਕਸਪ੍ਰੈਸ ਐਂਟਰੀ ਦਾ PNP ਡਰਾ ਕੱਢਿਆ ਗਿਆ ਆ, ਜਿਸ ਦੇ ਵਿੱਚ 654 ਸੋ ਤਕਰੀਬਨ 655 ਦੇ ਲਾਗੇ ਛਾਗੇ PNP ਕੈਂਡੀਡੇਟਸ ਨੂੰ ITS ਦਿੱਤੇ ਗਏ ਨੇ। ਸੋ ਇਸਦੇ ਵਿੱਚ ਇਹ ਦੱਸਣਾ ਜ਼ਰੂਰੀ ਹੈ ਕਿ ਜਿਹੜਾ ਅੱਜ ਦਾ ਮਿਨੀਮਮ ਸਕੋਰ ਸੀਗਾ ਉਹ 720 ਸੀਗਾ। ਸੋ 600 ਪੁਆਇੰਟਸ ਤੁਹਾਨੂੰ ਮਿਲਦੇ ਹੈਗੇ PNP ਦੇ। ਸੋ ਇਸ ਜਿਹੜਾ ਵੀ ਮਿਨੀਮਮ ਸਕੋਰ ਵਾਲਾ ਬੰਦਾ ਹੋਊਗਾ ਉਹਦੇ 120 ਸਕੋਰ ਹੋਣਗੇ ਐਕਸਪ੍ਰੈਸ ਐਂਟਰੀ ਦੇ ਵਿੱਚ, ਤੇ 600 ਪੁਆਇੰਟਸ ਮਿਲਣ ਨਾਲ ਉਹਦੇ 720 ਸਕੋਰ ਹੋ ਗਏ ਨੇ। ਅੱਜ ਦਾ ਜਿਹੜਾ ਡਰਾ ਆ ਇਸ ਗੱਲ ਕਰਕੇ ਵੀ ਇਹਦੀ ਇੱਕ ਹੋਰ ਖਾਸੀਅਤ ਹੈ ਕਿ 21 ਪੁਆਇੰਟਸ ਪਿਛਲੇ ਡਰਾ ਨਾਲੋਂ ਨੀਚੇ ਗਏ ਆ। PNP ਸਪੈਸੀਫਿਕ ਰਾਊਂਡ ਜਿਹੜਾ 20 ਜਨਵਰੀ ਨੂੰ ਨਿਕਲਿਆ ਸੀਗਾ ਉਸਦੇ ਵਿੱਚ ਜਿਹੜਾ ਸਕੋਰ ਸੀ ਉਹ 21 ਪੁਆਇੰਟ ਉੱਪਰ ਸੀ। ਸੋ ਅੱਜ 21 ਪੁਆਇੰਟ ਨੀਚੇ ਆਇਆ ਹੈ ਸਕੋਰ PNP ਦੇ ਵਿੱਚ। ਸੋ PNP ਦਾ ਫੈਡਰਲ ਐਕਸਪ੍ਰੈਸ ਦਾ ਜਿਹੜਾ ਡਰਾ ਨਿਕਲਿਆ ਉਸ 'ਚ 654 ਬੰਦਿਆਂ ਨੂੰ ITS ਮਿਲੀਆਂ, ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਕੈਨੇਡਾ ਦੀ ਸਰਕਾਰ ਬਾਹਰ ਡਰਾਜ਼ ਕੱਢਦੀ ਰਹੇਗੀ ਅਤੇ ਲੋਕਾਂ ਦੇ ਸੁਪਨੇ ਸਾਕਾਰ ਹੁੰਦੇ ਰਹਿਣਗੇ। ਜੀ ਬਹੁਤ ਅੱਛਾ, ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਜੀ। ਅਤੇ ਜਿਹੜਾ ਨੇ ਆਪਣੇ ਇਮੀਗ੍ਰੇਸ਼ਨ ਕੋਈ ਵੀ ਸਵਾਲ ਪਤਾ ਕਰਨੇ ਹਨ, ਤੁਸੀਂ ਵੀ ਕੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵਿੱਚ ਕੁਆਲੀਫਾਈ ਕਰਦੇ ਹੋ? ਕਿਉਂਕਿ ਕਈ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਫੈਡਰਲ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੇ ਵਿੱਚ ਡਾਇਰੈਕਟਲੀ ਜਿਹੜਾ ਨਹੀਂ ਬਣਦੇ ਅਤੇ ਉਹ ਰਹਿ ਜਾਂਦੇ ਹਨ, ਬਟ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਅੰਡਰ ਬਹੁਤ ਵੱਧ ਚਾਂਸ ਹੁੰਦੇ ਹਨ ਕਿ ਤੁਸੀਂ ਕੈਨੇਡੀਅਨ ਇਮੀਗ੍ਰੇਸ਼ਨ ਲੈ ਸਕਦੇ ਹੋ। ਅਤੇ ਜਿਵੇਂ ਸੰਦੀਪ ਜੀ ਨੇ ਦੱਸਿਆ ਕਿ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਅੰਦਰ 600 ਪੁਆਇੰਟ ਜਿਹੜੇ ਹਨ ਉਹ ਐਡ ਆਨ ਹੋ ਜਾਂਦੇ ਹਨ ਅਗਰ ਆਪ ਜੀ ਕੋਲ ਜੋਬ ਆਫਰ ਹੁੰਦੀ ਹੈ ਅਤੇ ਹੋਰ ਐਕਸਟਰਾ ਮਿਲ ਜਾਂਦੇ ਨੇ, ਅਤੇ ਉਸ ਦੇ ਨਾਲ ਕੀ ਤੁਸੀਂ ਕੁਆਲੀਫਾਈ ਕਰ ਜਾਂਦੇ ਹੋ ਫੈਡਰਲ ਐਕਸਪ੍ਰੈਸ ਪ੍ਰੋਗਰਾਮ ਦੇ ਵਿੱਚ, ਜਿਵੇਂ ਅੱਜ ਡਰਾਜ਼ ਨਿਕਲੇ ਨੇ। ਅਤੇ ਬਹੁਤ ਬਹੁਤ ਮੁਬਾਰਕਾਂ। ਇਸ ਪ੍ਰੋਗਰਾਮ ਸੰਬੰਧੀ ਹੋਰ ਵੱਧ ਜਾਣਕਾਰੀ ਲੈਣ ਲਈ ਪ੍ਰੋਵਿੰਸ਼ੀਅਲ ਨੋਮੀਨੀ ਅੰਦਰ ਅਗਰ ਆਪ ਜੀ ਕੁਆਲੀਫਾਈ ਹੋ ਕੇ ਨਹੀਂ ਹੋ ਜਾਂ ਆਪ ਜੀ ਅਪਲਾਈ ਕਰਨਾ ਚਾਹੁੰਦੇ ਹੋ ਜ਼ਰੂਰ ਸੰਪਰਕ ਕਰੋ ਸਰਦਾਰ ਸੰਦੀਪ ਸਿੰਘ ਜੀ ਨੂੰ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਨੂੰ। ਤੁਸੀਂ ਗੂਗਲ ਵੀ ਕਰ ਸਕਦੇ ਹੋ, ਉਹਨਾਂ ਦੇ ਨੰਬਰ ਸਕਰੀਨ 'ਤੇ ਵੀ ਆ ਰਹੇ ਹਨ। ਇਸ ਤੋਂ ਇਲਾਵਾ ਚੜ੍ਹਦੀ ਕਲਾ ਟਾਈਮ TV ਦੇ ਰਾਹੀਂ ਵੀ ਆਪ ਜੀ ਇਹਨਾਂ ਨਾਲ ਜੁੜ ਸਕਦੇ ਹੋ। ਸਾਡਾ ਈਮੇਲ ID ਹੈ info@cktimetv.com, ਜਿੱਥੇ ਤੁਸੀਂ ਸਕਦੇ ਹੋ, ਆਪਣੇ ਸਵਾਲ ਵੀ ਭੇਜ ਸਕਦੇ ਹੋ ਅਤੇ ਅਗਰ ਆਪ ਜੀ ਅੱਗੇ ਕੇਸ ਕੋਈ ਪਰਸਿਊ ਕਰਨਾ ਚਾਹੁੰਦੇ ਹੋ ਉਹਦੇ ਲਈ ਵੀ ਸੰਪਰਕ ਕਰ ਸਕਦੇ ਹੋ। ਮੇਰਾ ਪਰਸਨਲ ਨੰਬਰ ਵੀ ਸਕਰੀਨ ਉੱਤੇ ਆ ਰਿਹਾ ਹੈ, ਤੁਸੀਂ ਇਸ ਉੱਤੇ ਵੀ SMS ਜਾਂ WhatsApp ਕਰਕੇ ਆਪਣੇ ਸਵਾਲਾਂ ਦੀ ਜਾਣਕਾਰੀ ਜਿਹੜੀ ਹੈ ਉਹ ਲੈ ਸਕਦੇ ਹੋ। ਅੱਜ ਦਾ ਸਵਾਲ ਜਿਹੜਾ ਸੰਦੀਪ ਸਿੰਘ ਜੀ ਕੈਨੇਡਾ ਤੋਂ ਹੀ ਹੈ, ਸਾਡੇ ਕੋਲ ਬ੍ਰਿਟਿਸ਼ ਕੋਲੰਬੀਆ ਤੋਂ ਆਇਆ ਹੈ। ਉਹ ਕਿਸਾਨ ਤਾਂ ਨਹੀਂ ਹਨ ਜਿਨ੍ਹਾਂ ਨੇ ਸਵਾਲ ਭੇਜਿਆ ਹੈ, ਪਰ ਉਹਨਾਂ ਕੋਲ 5 ਏਕੜ ਥਾਂ ਉੱਥੇ ਹੈਗੀ ਹੈ। ਤੇ ਉਹਨਾਂ ਦਾ ਇਹ ਸਵਾਲ ਹੈ ਕਿ ਮੇਰੇ ਕੋਲ 5 ਏਕੜ ਥਾਂ ਹੈ, ਮੇਰਾ ਆਪਣਾ ਅਲੱਗ ਤੋਂ ਬਿਜ਼ਨਸ, ਬਟ ਮੈਂ ਉਹ 5 ਏਕੜ ਥਾਂ ਸ਼ੌਕੀਆ ਖੇਤੀਬਾੜੀ ਲਈ ਯੂਜ਼ ਕਰਦਾ ਹਾਂ। ਕੀ ਮੈਂ ਉਸ 5 ਏਕੜ ਥਾਂ ਦੇ ਸੰਦਰਭ ਦੇ ਵਿੱਚ ਇਨ ਰਿਲੇਸ਼ਨ ਟੂ ਦੈਟ ਮੈਂ ਕਿਸੇ ਫੋਰਨ ਵਰਕਰ ਜਾਂ ਕਿਸੇ ਕਿਸਾਨ ਨੂੰ ਸਪੋਂਸਰ ਕਰ ਸਕਦਾ ਹਾਂ ਜਾਂ ਉਹਦੀ LMIS ਜਨਰੇਟ ਕਰ ਸਕਦਾ ਹਾਂ ਜਾਂ ਵਰਕ ਵੀਜ਼ਾ ਜਨਰੇਟ ਕਰ ਸਕਦਾ ਹਾਂ? ਸੋ ਬਹੁਤ ਵਧੀਆ ਸਵਾਲ ਹੈਗਾ ਆ। LMIS ਸਿਰਫ ਤੇ ਸਿਰਫ ਜਿਹੜੇ ਬਿਜ਼ਨਸਿਸ ਹੁੰਦੇ ਆ ਉਹਨਾਂ 'ਚ ਜਨਰੇਟ ਕੀਤੀ ਜਾਂਦੀ ਹੈ। ਜਨਰੇਟ ਕਰਨ ਦਾ ਜਿਹੜਾ ਬੇਸਿਕ ਪ੍ਰਿੰਸੀਪਲ ਆ ਉਹ ਹੈਗਾ ਹੈ ਕਿ ਬਿਜ਼ਨਸ ਨੇ ਕੈਨੇਡੀਅਨ ਸਿਟੀਜ਼ਨਸ ਜਾਂ ਪਰਮਾਨੈਂਟ ਰੈਜ਼ੀਡੈਂਟਸ ਜਾਂ ਜਿਹੜੇ ਲੋਕ ਕੈਨੇਡਾ ਦੇ ਵਿੱਚ ਨੇ ਉਹਨਾਂ ਨੂੰ ਰਿਕਿਊਟ ਕਰਨ ਦੀ ਟਰਾਈ ਕੀਤੀ, ਬਟ ਅਨਫੋਰਚੁਨੇਟਲੀ ਇੱਥੇ ਕਹਿਣਾ ਉਹਨਾਂ ਨੂੰ ਉਨੀ ਮੈਨ ਪਾਵਰ ਨਹੀਂ ਮਿਲੀ ਜਾਂ ਉਹੋ ਜਿਹੀ ਕੁਆਲਿਟੀ ਆਫ ਵਰਕ ਫੋਰਸ ਨਹੀਂ ਮਿਲੀ, ਜਾਂ ਉਹ ਜੋ ਬੰਦਾ ਲੱਭ ਰਹੇ ਆ ਜਿਹੜੀਆਂ ਕੁਆਲਿਟੀਜ਼ ਵਾਲਾ ਬੰਦਾ ਉਹ ਲੱਭ ਰਹੇ ਨੇ ਉਹ ਨਹੀਂ ਲੱਭ ਸਕੇ, ਤਾਂ ਉਹਨਾਂ ਨੂੰ LMI ਕਰਵਾਉਣੀ ਪੈ ਰਹੀ ਹੈ।
ਜਿਸ ਸੰਦਰਭ ਦੇ ਵਿੱਚ ਤੁਸੀਂ ਸਵਾਲ ਪੁੱਛ ਰਹੇ ਹੈਗੇ ਹੋ ਉਸ ਦੇ ਵਿੱਚ ਨਹੀਂ ਕੁਆਲੀਫਾਈ ਕਰਨਗੇ, ਕਿਉਂਕਿ ਪਹਿਲੀ ਗੱਲ ਕਿ ਉਹ ਬਿਜ਼ਨਸ ਨਹੀਂ ਹੈਗਾ, ਉਹ ਸ਼ੌਂਕੀਆ ਤੌਰ ਦੇ ਉੱਤੇ ਕਿ ਨਾਮ ਖੇਤੀ ਕਰ ਰਹੇ ਨੇ। ਦੂਸਰੀ ਗੱਲ ਕਿ ਨਾ ਜਿਹੜਾ ਬਿਜ਼ਨਸ ਉਹ ਰਜਿਸਟਰਡ ਹੋਣਾ ਜ਼ਰੂਰੀ ਆ, ਉਸ ਦੇ ਵਿੱਚ ਆਲਰੇਡੀ ਇੰਪਲੋਈਜ਼ ਹੋਣੇ ਜ਼ਰੂਰੀ ਆ। ਸੋ LMIs ਇੱਦਾਂ ਨਹੀਂ ਜਨਰੇਟ ਹੋ ਸਕਣਗੀਆਂ ਜਿਸ ਹਿਸਾਬ ਨਾਲ ਸਰੋਤੇ ਨੇ ਸਵਾਲ ਪੁੱਛਿਆ ਹੈਗਾ ਆ। ਹਾਂ, ਜਿੱਥੇ ਸਪੋਂਸਰਸ਼ਿਪ ਦੀ, ਸੋ ਦੇਰ ਇਜ਼ ਨੋ ਸਪੋਂਸਰਸ਼ਿਪ ਇਨ LMIs। LMIs ਦੇ ਵਿੱਚ ਕਦੀ ਕੋਈ ਸਪੋਂਸਰਸ਼ਿਪ ਨਹੀਂ ਹੁੰਦੀ, ਤੁਸੀਂ ਇੰਪਲੋਈ ਲੱਭਦੇ ਹੋ, ਇੰਪਲੋਈ ਵੀ ਤੁਸੀਂ ਇਸ ਤਰੀਕੇ ਨਾਲ ਨਹੀਂ ਲੱਭਦੇ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਹੜਾ ਇੰਪਲੋਈ ਰੱਖਣਾ ਆ। ਸੋ ਤੁਸੀਂ ਆਪਣੀ ਐਡਵਰਟੀਜ਼ਮੈਂਟ ਦਿੰਦੇ ਹੋ, ਰਿਕਰੂਟਮੈਂਟ ਐਫਰਟਸ ਕਰਦੇ ਹੋ, ਉਸਦੇ ਵਿੱਚ ਉਹਦੀ ਇੰਟਰਵਿਊਜ਼ ਲੈਂਦੇ ਹੋ, ਜਿਹੜਾ ਬੰਦਾ ਤੁਹਾਨੂੰ ਠੀਕ ਲੱਗਦਾ ਹੈ ਉਹਨੂੰ ਤੁਸੀਂ ਹਾਇਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਉਸ ਕੋਸ਼ਿਸ਼ ਨੂੰ ਸਹੀ ਅੰਜਾਮ ਜਿਹੜਾ ਆ ਉਹ ESDC ਦਿੰਦੀ ਹੈਗੀ ਆ ਕਿ ਅਗਰ ਉਹ ਤੁਹਾਡੀ LMI ਅਪਰੂਵ ਕਰਦੀ ਹੈ ਕਿ ਨਹੀਂ ਕਰਦੀ ਹੈਗੀ। ਜਿਹੜੀ ਸਟੋਰੀ ਆਪਾਂ ਹੁਣ ਸੁਣ ਕੇ ਹਟੇ ਹਾਂ ਇਸ ਦੇ ਵਿੱਚ ਅਪਰੂਵਲ ਦੇ ਚਾਂਸਿਸ ਬਹੁਤ ਜ਼ਿਆਦਾ ਲੋ ਨੇ, ਪਰ ਜਿਹੜੇ ਵੀ ਸਰੋਤੇ ਆਪਣੀ ਆਵਾਜ਼ ਇਸ ਟਾਈਮ ਸੁਣਦੇ ਪਏ ਨੇ, ਅਸੀਂ ਉਹਨਾਂ ਨੂੰ ਇੰਨਾ ਜ਼ਰੂਰ ਦੱਸਣਾ ਚਾਹਾਂਗੇ ਕਿ ਫਾਰਮਿੰਗ ਜਿਹੜੀ ਹੈਗੀ ਆ ਉਹ ਇੱਕ ਅਪਕਮਿੰਗ ਇੰਡਸਟਰੀ ਆ ਕੈਨੇਡਾ ਦੇ ਵਿੱਚ। ਕੈਨੇਡਾ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਐਗਰੀਕਲਚਰ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਆ, ਭਾਵੇਂ ਤੁਸੀਂ ਐਗਰੋ ਪਾਇਲਟ ਪ੍ਰੋਗਰਾਮ ਦੀ ਗੱਲ ਕਰ ਲਓ, ਭਾਵੇਂ ਤੁਸੀਂ BC ਦੇ ਵਿੱਚ ਫਾਰਮਿੰਗ ਦਾ ਤੁਸੀਂ PNP ਦਾ ਹਾਲ ਦੇਖੋ, LMIs ਦਾ ਹਾਲ ਦੇਖੋ, ਭਾਵੇਂ ਓਨਟੈਰੀਓ ਦੀ ਇਨ ਡਿਮਾਂਡ ਲਿਸਟ ਦੇਖੋ। ਸੋ ਫਾਰਮਿੰਗ ਹਰੇਕ ਪ੍ਰੋਵਿੰਸ ਦੇ ਵਿੱਚ ਕਾਫੀ ਜ਼ਿਆਦਾ ਪ੍ਰਮੋਟ ਕੀਤੀ ਜਾ ਰਹੀ ਹੈਗੀ ਆ। ਇਸੀ ਸੰਦਰਭ ਦੇ ਵਿੱਚ ਫਾਰਮਿੰਗ ਵਾਸਤੇ ਜਿਹੜੇ ਸਰੋਤੇ ਆਪਣੀ ਆਵਾਜ਼ ਸੁਣ ਰਹੇ ਨੇ, ਅਗਰ ਤੁਸੀਂ ਵਿਜ਼ਿਟਰ ਹੋ ਕੈਨੇਡਾ ਦੇ ਵਿੱਚ ਤੇ ਤੁਸੀਂ ਅਗਰ ਫਾਰਮਿੰਗ ਰਿਲੇਟਡ LMIs ਲੱਭ ਰਹੇ ਹੋ ਜਾਂ ਕੋਈ ਹੋਰ ਵੀ LMIs ਲੱਭ ਰਹੇ ਹੋ, ਪਰ ਇਸ ਟਾਈਮ ਫਾਰਮਿੰਗ ਰਿਲੇਟਡ ਵੀ ਅਗਰ LMIs ਲੱਭ ਰਹੇ ਹੋ ਤਾਂ ਸਾਨੂੰ ਕੰਟੈਕਟ ਕੀਤਾ ਜਾ ਸਕਦਾ। ਸਾਡੇ ਕੋਲ ਇੰਪਲੋਇਰਸ ਨੇ ਜਿਹਨਾਂ ਕੋਲ ਅਪਰੂਵਡ LMIs ਪਈਆਂ ਨੇ ਤੇ ਅਸੀਂ ਉਸ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। ਇਹ ਬੜੀ ਇੱਕ ਅਹਿਮ ਜਾਣਕਾਰੀ ਤੁਸੀਂ ਦਿੱਤੀ ਹੈ ਕਿ ਫਾਰਮਿੰਗ ਨਾਲ ਰਿਲੇਟਡ ਅਗਰ ਤੁਹਾਡਾ ਪਿਛੋਕੜ ਹੈਗਾ, ਫਾਰਮਿੰਗ ਵਿੱਚ ਤੁਸੀਂ ਇੰਟਰਸਟਿਡ ਹੈਗੇ ਹੋ, ਤੁਸੀਂ ਜ਼ਰੂਰ ਸੰਪਰਕ ਕਰੋ ਸਰਦਾਰ ਸੰਦੀਪ ਸਿੰਘ ਜੀ ਨੂੰ, ਅਤੇ ਤੁਹਾਡੇ ਕੋਲ ਜਿਹੜੇ ਪ੍ਰੋਸਪੈਕਟਿਵ ਜਿਹੜੇ ਇਹਨਾਂ ਕੋਲ ਫਾਰਮਰਸ ਹੈਗੇ ਨੇ ਜਿਹਨਾਂ ਨੂੰ ਵਰਕਰਸ ਦੀ ਲੋੜ ਹੈ, ਫਾਰਮ ਵਰਕਰਸ ਦੀ ਲੋੜ ਹੈ, ਅਤੇ ਉਹਦਾ ਤੁਸੀਂ ਲਾਭ ਉਠਾ ਸਕਦੇ ਹੋ ਅਤੇ ਆਪਣੀ ਜਿਹੜੀ ਹੈ ਇੱਕ ਇਨਕਮ ਉਹ ਜਨਰੇਟ ਕਰ ਸਕਦੇ ਹੋ, ਤੇ ਤੁਸੀਂ ਉੱਥੇ ਆ ਕੇ ਵਿਜ਼ਿਟਰ ਸਟੇਟਸ ਤੋਂ ਤੁਸੀਂ ਇੱਕ ਵਰਕਰ ਸਟੇਟਸ ਤੇ ਹੋ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਰਦਾਰ ਸੰਦੀਪ ਸਿੰਘ ਜੀ। ਫਾਰਮਿੰਗ ਨਾਲ ਰਿਲੇਟਡ ਮੈਂ ਚਾਹਾਂਗਾ ਕਿ ਇੱਕ ਬੜਾ ਹੀ ਅੱਜ ਦੀ ਡੇਟ ਦੇ ਵਿੱਚ ਅਹਿਮ ਮੁੱਦਾ ਬਣ ਗਿਆ ਹੈ ਇੰਡੀਆ ਦੇ ਵਿੱਚ, ਜਿੱਥੇ ਸਾਡੇ ਫਾਰਮਰ ਭਰਾ ਸੜਕਾਂ ਦੇ ਉੱਤੇ ਆਪਣੇ ਹੱਕਾਂ ਦੀ ਜੰਗ ਲੜ ਰਹੇ ਹਨ, ਉੱਥੇ ਨਾਲ ਹੀ ਸਾਰੀ ਦੁਨੀਆ ਤੋਂ ਦੀਆਂ ਅੱਖਾਂ ਉੱਥੇ ਵੀ ਹਨ, ਤੇ ਪਰ ਨਾਲ ਨਾਲ ਉਹ ਜਾਣਨਾ ਵੀ ਚਾਹੁੰਦੇ ਹਨ ਕਿ ਕੈਨੇਡਾ ਨੇ ਬੜਾ ਹੀ ਜਿਹੜਾ ਫਾਰਮਿੰਗ ਨੂੰ ਪ੍ਰੋਤਸਾਹਨ ਦਿੱਤਾ ਹੈ, ਇਹਨੂੰ ਅੱਗੇ ਲੈ ਕੇ ਆ ਰਹੇ ਹਨ ਕਿ ਵੱਧ ਤੋਂ ਵੱਧ ਫਾਰਮਰਸ ਕੈਨੇਡਾ ਆ ਕੇ ਖੇਤੀਬਾੜੀ ਕਰਨ, ਇੱਥੇ ਜਿਹੜੀ ਇੰਨੀ ਖੁੱਲ੍ਹੀ ਲੈਂਡ ਪਈ ਹੈ ਉਹਨਾਂ ਉੱਤੇ ਆਪਣੀ ਮਿਹਨਤ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਆਬਾਦ ਕਰਨ। ਅਤੇ ਉਸ ਪ੍ਰੋਗਰਾਮ ਨੂੰ ਹੋਰ ਡਿਟੇਲ ਦੇ ਵਿੱਚ ਮੈਂ ਚਾਹਾਂਗਾ ਰੋਜ਼ਾਨਾ ਅਸੀਂ ਇੱਕ ਅੱਧਾ ਸਵਾਲ ਜ਼ਰੂਰ ਫਾਰਮਰਸ ਦੇ ਨਾਲ ਰਿਲੇਟਡ ਜ਼ਰੂਰ ਲਿਆ ਕਰੀਏ, ਅਤੇ ਜਿਹੜੇ ਫਾਰਮਰਸ ਇੰਟਰਸਟਿਡ ਨੇ, ਜਿਹੜੇ ਜਿਹੜੇ ਵੀ ਸਾਡਾ ਪ੍ਰੋਗਰਾਮ ਦੇਖਦੇ ਨੇ, ਉਹ ਆਪ ਜੀ ਨਾਲ ਸੰਪਰਕ ਕਰਕੇ ਇਹਦਾ ਫਾਇਦਾ ਲੈ ਸਕਣ ਜੀ। ਬਹੁਤ ਬਹੁਤ ਧੰਨਵਾਦ ਸਰਦਾਰ ਸੰਦੀਪ ਸਿੰਘ ਜੀ, ਅਤੇ ਦਰਸ਼ਕਾਂ ਨੂੰ ਫਿਰ ਮਿਲਾਂਗੇ ਕੱਲ੍ਹ ਨਵੀਆਂ ਅਪਡੇਟਸ ਦੇ ਨਾਲ, ਨਵੀਆਂ ਖਬਰਾਂ ਦੇ ਨਾਲ ਕੈਨੇਡਾ ਇਮੀਗ੍ਰੇਸ਼ਨ ਬਾਰੇ। ਇਸੇ ਦੇ ਨਾਲ ਹੀ ਸਰਦਾਰ ਸੰਦੀਪ ਸਿੰਘ ਜੀ ਤੇ ਮੈਨੂੰ ਹਰਪ੍ਰੀਤ ਸਿੰਘ ਦਰਦੀ ਨੂੰ ਦੇਹੋ ਇਜਾਜ਼ਤ, ਤੇ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ TV। ਸਤਿ ਸ੍ਰੀ ਅਕਾਲ।